राजा जोगी हो गया नन्नी मुंदरा पाया। ओ हाँ भी बच्चा करो भी दान पुन बाबिया नू। बाबे बड़ी दूरों आए आ सप्पा वाले बाबे आ पहाड़ा दी सैर करके आए आ। फिर तो बाबा थक गया होएगा। ओ बाबा यार चंगा भला तू प्या कोई काम धंधा क्यों नहीं करदा? ओ नहीं बच्चा तेनू नहीं पता साडी रब ने ड्यूटी सप्पा की सेवा करन ते लाई आ। सप्पा दी ड्यूटी? ओ बाबा एक गल दस सप्पा इन्हां दे किन्नी कमाई कर लैना? ओ बच्चा बाबिया नू मखौल नहीं करीदा असी तेनू शराब दे देंगे। ओ बाबा जो शराब देंगे तो मैं भज के घरों दगड़ा चक लिया। पता है बाबिया को दवाइया भी बहुत तकड़िया तकड़िया। चलिया बाबा जी दवाई इन्होंने दे दो फिर दवाइया इसे चलिया। ओ बाबा सप सप तो दिखा यार। ले भी बच्चा तेनू आप हूने दिखा दने फनियर सप काला नाग हुकारे मारदा पासे हो जाओ कर। ਲੈ ਵੀ ਬੱਚਾ ਇਹਦੇ ਚ ਸੱਪ ਇਹ ਦੇਖਣਾ ਫਿਰ ਤੁਸੀਂ ਕਮਾਲ ਸੱਪ ਦਾ। ਲੈ ਵੀ ਪੰਜ ਪੰਜ ਰੁਪਈਏ ਕੱਢੋ ਪਹਿਲਾਂ ਇਹਦੇ ਚ ਸੱਪ ਬਹੁਤ ਤਕੜਾ ਕਿੰਗ ਕੋਬਰਾ ਕਿੰਗ ਕੋਬਰਾ। ਬਾਬਾ ਪਟਾਰੀ ਤਾਂ ਤੂੰ ਖਾਲੀ ਲਈ ਫਿਰਦਾ ਯਾਰ। ਉਹ ਇਹ ਖਾਲੀ ਨਹੀਂ ਹੈਗੀ ਇਹਦੇ ਚ ਗੁਪਤ ਸੱਪ ਆ। ਇਹ ਜਾਂ ਤਾਂ ਕਰਮ ਵਾਲਾ ਨੂੰ ਦਿਖਦਾ ਤੇ ਜਾਂ ਇਹ ਜਿਹੜਾ 100 ਰੁਪਇਆ ਮੱਥਾ ਟੇਕਦਾ ਇਹਨੂੰ ਉਹਨੂੰ ਦਿਖਦਾ ਐਂ ਨਹੀਂ ਦਿਖਦਾ ਇਹ। ਉਹ ਵੇਖੀ ਵੇਖੀ ਹੱਥ ਨਾ ਲਾ ਲਈ ਜ਼ਹਿਰ ਬਹੁਤ ਹੈ ਸੱਪ ਚ। ਲੈ ਦੇਖੋ ਦੇਖਿਆ ਨਹੀਂ ਬਾਬਾ ਦਿਖਿਆ ਨਹੀਂ ਦਿਖਿਆ ਨਹੀਂ ਤੁਹਾਡੇ ਵੀ ਕਰਮ ਮਾੜੇ ਹੀ ਆ। ਦੇਖ ਵੀ ਭਗਤਾ ਦੇਖ ਗਿਆ ਆ ਲੈ ਦੇਖ ਲਓ ਦੇਖੋ ਕਿੰਨੇ ਕਰਮ ਤੇਜ਼ ਆ। ਇਹਨਾਂ ਨੂੰ ਦਿਖਿਆ ਸੱਪ ਸੋਨੂੰ ਨੂੰ ਦਿਖਿਆ ਤੂੰ ਤੁਹਾਡੇ ਕਰਮ ਚੰਗੇ ਨਹੀਂ ਹੈਗੇ। ਜਾਂਦਾ 100-100 ਰੁਪਇਆ ਮੱਥਾ ਟੇਕੋ ਫਿਰ ਦਿਸੂਗਾ ਸੱਪ ਇਹ। ਕੁੱਟਦੇ ਨੀ ਮਾਰਦੇ ਨੀ ਬਾਬਾ ਲੱਗਦਾ ਯਾਰ। ਉਹ ਬਾਬਾ ਕੋਈ ਦਵਾਈਆਂ ਦਵਾਈਆਂ ਵੀ ਰੱਖਦਾ? ਹਾਂ ਬੱਚਾ ਬਾਬਿਆਂ ਕੋਲੇ ਦਵਾਈਆਂ ਬਹੁਤ ਤਕੜੀਆਂ ਤਕੜੀਆਂ ਦਵਾਈਆਂ। ਮਰਦਾਨਾ ਕਮਜ਼ੋਰੀ ਦੀ ਦਵਾਈ ਆ ਅੱਖਾਂ ਦੀ ਦਵਾਈ ਆ ਸਾਰੀ ਦਵਾਈਆਂ ਆਪਣੇ ਕੋਲੇ। ਆਹ ਦੇਖ ਅੱਖਾਂ ਦੀ ਦਵਾਈ ਆ ਹਲਕੀ ਕੁੱਤੀ ਦੇ ਦੰਦ ਜਾਉਂਦੇ ਸ਼ੇਰ ਦੇ ਜਾੜ ਤੇ ਅਮਰਵੇਲ ਦੀ ਜੜ ਸਮੁੰਦਰ ਦੀ ਝੱਗ ਤੋਂ ਤਿਆਰ ਕੀਤੀ ਹੋਈ ਦਵਾਈ ਆ ਇਹ ਬਹੁਤ ਤਕੜੀ। ਅੱਖ 'ਚ ਪਾਉਂਗੇ ਅੱਖ ਬੰਦ ਬਹੁਤ ਤਕੜੀ ਦਵਾਈ ਆ। ਹੱਥ ਨਾ ਲਾ ਬੱਚਾ ਇਹ ਅੱਖ 'ਚ ਬਹੁਤ ਮਹਿੰਗੀ ਦਵਾਈ ਆ ਇਹ ਐਂ ਨਹੀਂ ਪਾਉਂਦੇ ਬਾਬੇ ਫ੍ਰੀ 'ਚ ਪੈਸੇ ਲੱਗਣਗੇ ਪੈਸੇ ਸਾਰੇ ਦਵਾਈ ਫ੍ਰੀ 'ਚ। ਬਾਬਾ ਕਿੰਨੇ ਪੈਸੇ ਲੈਂਗਾ ਜੇ? ਇਹ 1,025 ਰੁਪਈਆਂ ਦੀ ਦਵਾਈ ਹੈ ਪੂਰੇ ਮਹੀਨੇ ਦੀ। ਬਹੁਤ ਤਕੜੀਆਂ ਤਕੜੀਆਂ ਦਵਾਈਆਂ ਆਪਣੇ ਕੋਲੇ ਕੋਈ ਉਈ ਥੋੜੀ ਤੁਰੇ ਫਿਰਦੇ ਆਪਾਂ ਲੰਡੂ ਪੰਜੂ। ਬਾਬਾ ਤਾਂ ਯਾਰ ਬੜਾ ਚਮਤਕਾਰੀ ਲੱਗਦਾ ਮੈਨੂੰ ਯਾਰ ਜਾਉਂਦੇ ਸ਼ੇਰ ਦੀ ਜਾੜ ਯਾਰ ਮਾਰਿਆ ਕਿਵੇਂ ਯਾਰ? ਨਹੀਂ ਯਾਰ ਆਹ ਮਰਦਾਨਾ ਕਮਜ਼ੋਰੀ ਦੀ ਦਵਾਈ ਹੈ ਇਹ 1,525 ਰੁਪਈਆਂ ਦੀ ਹੈ। ਇਹ ਬਹੁਤ ਤਕੜੀ ਦਵਾਈ ਹੈ। ਆਹ ਦੇਖ ਭਗਤਾ ਇਹ ਚਿਮਣ ਬੂਟੀ ਆ ਇਹਨੂੰ ਜੇ ਤੁਸੀਂ ਪੇਟੀ 'ਚ ਰੱਖੋਗੇ ਘਰ 'ਚ ਬਰਕਤ ਬਹੁਤ ਹੁੰਦੀ ਆ। ਪੈਸੇ ਤਾਂ ਭੱਜ ਭੱਜ ਆਉਂਦੇ ਆ ਇਹ ਕੋਈ ਮਾਮੂਲੀ ਚਿਮਣ ਬੂਟੀ ਨਹੀਂ ਇਹ ਬਹੁਤ ਦੂਰੋਂ ਜੰਗਲਾਂ 'ਚੋਂ ਲੈ ਕੇ ਆਏ ਆ। ਬਾਬੇ ਹੱਥ ਨਾ ਲਾਈ ਇਹ ਜੂਠੀ ਹੋ ਜੂਗੀ। ਇਹ ਸਿਰ ਪਾਪਾ ਦਿਖਾਉਣ ਵਾਸਤੇ ਰੱਖੀ ਆ ਜੇ ਲੈਣੀ ਆ ਤਾਂ ਇਹਦੀ ਕੀਮਤ ਆ 750 ਰੁਪਇਆ। ਪੇਟੀ 'ਚ ਰੱਖੇਗਾ ਪੇਟੀ 'ਚ ਪੈਸੇ ਨਹੀਂ ਮੁੱਕਣੇ ਸਾਰੀ ਉਮਰ ਪੈਸਾ ਪਤਾ ਹੀ ਨਹੀਂ ਲੱਗਣਾ ਕਿੱਥੋਂ ਕਿੱਥੋਂ ਆਈ ਜਾਂਦਾ। ਬਾਬਾ ਤੇਰੇ ਕੋਲ ਗਿੱਦੜ ਸਿੰਘ ਵੀ ਹੁੰਦੀ ਆ ਯਾਰ? ਹਾਂ ਬੱਚਾ ਗਿੱਦੜ ਸਿੰਘ ਵੀ ਹੈਗੀ ਆ ਬਾਬਿਆਂ ਕੋਲੇ। ਆਹ ਦੇਖ ਬਿੰਗ ਤੜਿੰਗੀ ਗਿੱਦੜ ਸਿੰਘ 5 ਮੂੰਹੀ। ਬਾਬਾ ਮੂੰਹ ਤਾਂ ਇੱਕ ਵੀ ਹੈਣੀਗਾ। ਉਹ ਭੂਤ ਨਹੀਂ ਜਦੋਂ ਤੈਨੂੰ ਅੱਗੇ ਸੱਪ ਦਾ ਮੂੰਹ ਨਹੀਂ ਦਿਖਿਆ ਤੇ ਇਹਦਾ ਮੂੰਹ ਕਿੱਥੇ ਦੇ ਜੂ? ਮਾੜੀ ਕਿਸਮਤ ਵਾਲਿਓ ਬਗੱਲਾਂ ਮਾਰ ਦਿਆ ਬਾਬੇ ਨੂੰ। ਇਹ ਗਿੱਦੜ ਸਿੰਘ ਕਿਸੇ ਬਾਬੇ ਕੋਲੇ ਨਹੀਂ ਤੁਹਾਨੂੰ ਮਿਲਣੀ ਨਾ ਕਿਸੇ ਨੇ ਦੇਣੀ ਆ ਨਾ ਕਿਸੇ ਨੇ ਦਿਖਾਉਣੀ ਆ। ਇਹ ਸਿਰਫ ਆਪਣੇ ਕੋਲੇ ਮਿਲਦੀ ਅਸੀਂ ਪਤਾ ਕਿਤੋਂ ਹਿਮਾਲਿਆ ਪਰਬਤ ਦੇ ਜੰਗਲਾਂ 'ਚੋਂ ਜਾ ਕੇ ਲੈ ਕੇ ਆਏ ਆ ਇਹ ਗਿੱਦੜ ਸਿੰਘ। ਤੇ ਬਾਬਾ ਕੀ ਆ ਹੋਰ? ਉਹ ਇਹ ਜਿੱਥੇ ਸੱਪ ਸਲਾਂਗਾ ਮਾਰਦੇ ਆ ਬਰਮੀਆਂ ਦੇ ਵਿੱਚ ਉੱਥੋਂ ਨਿਕਲਦੀ ਆ ਇਹ। ਇਹ ਬਹੁਤ ਤਕੜੀ ਜੜੀ ਬੂਟੀ ਆ ਇਹਨੂੰ ਹੱਥ ਨਾਲ ਲਾ ਦੀ ਜ਼ਹਿਰ ਬਹੁਤ ਇਹਦੇ 'ਚ। ਤਾਂ ਬਾਬੀ ਹੱਥ ਲਾ ਸਕਦੇ ਆ ਹੋਰ ਨਹੀਂ ਕੋਈ ਹੱਥ ਲਾ ਸਕਦਾ ਇਹਨੂੰ। ਠੀਕ ਹੈ। ਹਾਂ ਤੇ ਇੱਕ ਜੜੀ ਬੂਟੀ ਆਪਣੇ ਕੋਲੇ ਹੋਰ ਵੀ ਹੈਗੀ ਆ। ਆਹ ਭਾਲੂ ਦੀ ਜਾਤ ਤਾਂ ਹਿਮਾਲਿਆ ਪਰਬਤ ਦੇ ਜੰਗਲਾਂ 'ਚੋਂ ਬੜੀ ਮੁਸ਼ਕਲ ਨਾਲ ਲਵਾ ਕੇ ਲੈ ਕੇ ਆਏ ਆ ਭਾਲੂ ਤੋਂ। ਬਹੁਤ ਟਾਹ ਦੇਖ ਲਾ ਆਹ ਦੀਦਾ ਮੇਰਾ ਖੂੰਡਾ ਇਹਦੇ ਨਾਲ ਕੁੱਟ ਕੁੱਟ ਕੇ ਭਾਲੂ ਦੀ ਲਾ ਕੇ ਲੈ ਆਇਆ ਮੈਂ ਜੱਤ। ਇਹ ਇੰਨੀ ਕੁ ਜੱਤ ਰਾਤ ਨੂੰ ਪਾਣੀ 'ਚ ਭਿਉਂ ਕੇ ਰੱਖ ਦਿਓ ਤੜਕੇ ਜਦੋਂ ਜੱਤ ਦਾ ਪਾਣੀ ਤਿਆਰ ਹੋ ਗਿਆ ਅੱਖਾਂ 'ਚ ਪਾ ਲਓ ਅਤੇ ਅੱਖਾਂ 100 ਵਾਟ ਦੇ ਬੱਲ ਵਾਂਗੂ ਜਗਣਗੀਆਂ।
ਬਾਬਾ ਭਾਲੂ ਦੀ ਜੱਤ ਨਾਲ ਮੇਰੇ ਬੇਬੇ ਦੀਆਂ ਅੱਖਾਂ ਠੀਕ ਹੋ ਜਾਣਗੀਆਂ। ਉਹ ਹਾਂ ਬੱਚਾ ਦੱਸੀ ਤਾਂ ਜਾਂਦਾ ਵੀ ਇਹਦੇ ਨਾਲ ਅੱਖਾਂ ਤਾਂ ਐਂ ਜਗਣਗੀਆਂ ਜਿਵੇਂ 100 ਵਾਟ ਦਾ ਬੱਲਬ ਜਗਦਾ ਹੁੰਦਾ। ਜੇ ਨਾ ਜਗਣਗੇ ਬਾਬਾ ਫੇਰ ਸਮਝ ਲਓ ਬੱਲਬ ਫਿਊਜ਼ ਹੀ ਆ।